ਕਾਫੀ ਕੈਂਡੀਡੇਟ ਨੇ MTS ਤੇ ਹਵਲਦਾਰ ਦੀਆਂ ਪੋਸਟਾਂ ਅਪਲਾਈ ਕੀਤੀਆਂ ਸੀ ਤੇ ਇਸ ਵਿੱਚ MTS ਵਿੱਚ ਕਿੰਨੀ ਪੋਸਟਾਂ ਸੀ? ਟੋਟਲ 3700 ਪੋਸਟਾਂ ਸੀ ਲਗਭਗ, ਤੇ ਹਵਲਦਾਰ ਦੀ ਪੋਸਟਾਂ ਦੀ ਗੱਲ ਕਰੀਏ 3603 ਪੋਸਟਾਂ ਸੀ। ਓਕੇ ਦੋਸਤੋ, ਹੁਣ ਬੱਚਿਆਂ ਦਾ ਕਾਫੀ ਦਾ ਸਵਾਲ ਆ ਰਿਹਾ ਕਿ ਇਹ ਐਗਜ਼ਾਮ ਕਦੋਂ ਕੰਡਕਟ ਕਰਵਾਇਆ ਜਾਵੇਗਾ, ਤਾਂ ਇਸ ਦੀ ਐਗਜ਼ਾਮ ਡੇਟ ਮੈਂ ਤੁਹਾਨੂੰ ਸ਼ੋਰ ਤਾਂ ਨਹੀਂ ਦੱਸ ਸਕਦਾ, ਬਟ ਇੱਥੇ ਇਹਨਾਂ ਨੇ ਮੈਂਸ਼ਨ ਕੀ ਕੀਤਾ ਹੋਇਆ, ਜੁਲਾਈ 2022 ਤੱਕ ਐਗਜ਼ਾਮ ਕੰਡਕਟ ਹੋ ਜਾਵੇਗਾ। ਅਤੇ ਜੁਲਾਈ ਵਿੱਚ ਕੀ ਸੈਕਿੰਡ ਵੀਕ ਯਾਨੀ 11 ਤੋਂ ਬਾਅਦ ਅਤੇ 20 ਤਰੀਕ ਦੇ ਵਿਚਕਾਲੇ ਇਹ ਜਿਹੜਾ ਐਗਜ਼ਾਮ ਹੋਵੇਗਾ ਤੁਹਾਡਾ ਕਰਵਾ ਦਿੱਤਾ ਜਾਵੇਗਾ। ਹੁਣ ਕਾਫੀ ਬੱਚਿਆਂ ਨੂੰ ਐਗਜ਼ਾਮ ਦਾ ਸਿਲੇਬਸ ਵੀ ਨਹੀਂ ਕਲੀਅਰ ਹੋਇਆ, ਤਾਂ ਸਿਲੇਬਸ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਾਂਗਾ। ਹੁਣ ਓਵਰਆਲ ਆਪਾਂ ਮੰਨ ਕੇ ਚੱਲੀਏ ਆਪਣੇ ਕੋਲ 1 ਮੰਥ ਐਗਜ਼ਾਮ ਦੀ ਤਿਆਰੀ ਕਰਨ ਵਾਸਤੇ। ਜੇ ਤੁਹਾਡੀ ਪਰਫੈਕਟਲੀ ਤਿਆਰੀ ਨਹੀਂ ਹੋਈ ਤਾਂ ਮੈਂ ਇੱਕ 1500 MCQ ਦੀ ਬੁੱਕ ਦਾ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਿੰਦਾ। ਇਹਨਾਂ ਕੁਐਸਚਨਾਂ ਦੀ ਪ੍ਰੈਕਟਿਸ ਕਰ ਲਓ, ਮੋਸਟ ਆਫ ਕੁਐਸਚਨ ਤੁਹਾਨੂੰ ਇਹਨਾਂ 1500 ਕੁਐਸਚਨਾਂ ਦੇ ਵਿਚਕਾਰ ਹੀ ਐਗਜ਼ਾਮ ਵਿੱਚੋਂ ਦੇਖਣ ਨੂੰ ਮਿਲਣਗੇ। ਮਤਲਬ ਕਾਫੀ ਇੰਪੋਰਟੈਂਟ ਅਤੇ ਐਕਸਪੈਕਟਡ ਕੁਐਸਚਨ ਜਿਹੜੇ ਇਸ ਬੁੱਕ ਵਿੱਚ MCQ ਨੇ, ਇਹ ਸਾਰੇ ਕਵਰ ਨੇ, ਸਿਰਫ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਨੇ। ਇਸ ਕਰਕੇ ਜੇ ਤੁਸੀਂ ਚਾਹੋ ਤਾਂ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਲਿੰਕ ਦੇ ਦਿੱਤਾ, ਇਹ ਬੁੱਕ ਬਾਏ ਕਰ ਲਓ ਐਂਡ ਇਸ ਦੀ ਤਿਆਰੀ ਕਰ ਲਓ, ਤਾਂ ਤੁਸੀਂ ਕਾਫੀ ਹੱਦ ਤੱਕ ਸੈਟਿਸਫਾਈ ਹੋ ਜਾਓਗੇ ਕਿ ਹਾਂ ਮੇਰੀ ਐਗਜ਼ਾਮ ਦੀ ਪਰਫੈਕਟ ਤਿਆਰੀ ਹੋ ਚੁੱਕੀ ਆ।